ਜਿੰਨਾ ਥਾਵਾਂ ਦਾ ਹੁੰਦਾ ਹੈ ਇਤਿਹਾਸ, ਜਿੰਨਾ ਥਾਵਾਂ ਦਾ ਹੁੰਦਾ ਹੈ ਇਤਿਹਾਸ, ਉਹ ਬਣ ਜਾਂਦੀਆਂ ਨੇ ਬੜੀਆਂ ਹੀ ਖਾਸ। ਆਓ ਤੁਹਾਨੂੰ ਸ਼੍ਰੀ ਅੜੀਸਰ ਸਾਹਿਬ ਦੇ ਕਰਵਾ ਦੇਈਏ ਦੀਦ, ਆਓ ਤੁਹਾਨੂੰ ਸ਼੍ਰੀ ਅੜੀਸਰ ਸਾਹਿਬ ਦੇ ਕਰਵਾ ਦੇਈਏ ਦੀਦ। ਲੋਕਾਂ ਦੀ ਇਸ ਜਗ੍ਹਾ 'ਤੇ ਬੜੀ ਵੱਜੀ ਹੈ ਉਮੀਦ, ਲੋਕਾਂ ਦੀ ਇਸ ਜਗ੍ਹਾ 'ਤੇ ਬੜੀ ਵੱਜੀ ਹੈ ਉਮੀਦ। ਸ਼੍ਰੀ ਅੜੀਸਰ ਸਾਹਿਬ ਦਾ ਕਿਵੇਂ ਪਿਆ ਨਾਮ? ਸ਼੍ਰੀ ਅੜੀਸਰ ਸਾਹਿਬ ਦਾ ਕਿਵੇਂ ਪਿਆ ਨਾਮ? ਇਸ ਜਗ੍ਹਾ ਨੂੰ ਲੋਕ ਜਾਣਦੇ ਤਮਾਮ, ਇਸ ਜਗ੍ਹਾ ਨੂੰ ਲੋਕ ਜਾਣਦੇ ਤਮਾਮ। ਇੱਥੇ ਗੁਰੂ ਦਾ ਘੋੜਾ ਪੈ ਗਿਆ ਸੀ ਅੜੀ, ਇੱਥੇ ਗੁਰੂ ਦਾ ਘੋੜਾ ਪੈ ਗਿਆ ਸੀ ਅੜੀ। ਅੱਜ ਇਸ ਜਗ੍ਹਾ 'ਤੇ ਲੋਕਾਂ ਨੂੰ ਸ਼ਰਧਾ ਹੈ ਬੜੀ, ਅੱਜ ਇਸ ਜਗ੍ਹਾ 'ਤੇ ਲੋਕਾਂ ਨੂੰ ਸ਼ਰਧਾ ਹੈ ਬੜੀ। ਕੋਠੇ ਚੂੰਘ ਹੰਡਿਆਇਆ ਅਤੇ ਧੌਲੇ ਦੀ ਜੂਹ 'ਤੇ ਹੈ ਇਹ ਥਾਂ, ਕੋਠੇ ਚੂੰਘ ਹੰਡਿਆਇਆ ਅਤੇ ਧੌਲੇ ਦੀ ਜੂਹ 'ਤੇ ਹੈ ਇਹ ਥਾਂ। ਮਨ ਚਾਹੀ ਖੁਸ਼ੀ ਪਾ ਕੇ ਲੋਕੀ ਮਾਣਦੇ ਨੇ ਇਹਦੀ ਠੰਡੀ ਛਾਂ, ਮਨ ਚਾਹੀ ਖੁਸ਼ੀ ਪਾ ਕੇ ਲੋਕੀ ਮਾਣਦੇ ਨੇ ਇਹਦੀ ਠੰਡੀ ਛਾਂ। ਗੁਰੂ ਜੀ ਪੱਕਾ ਗੁਰੂ ਸਰ ਤੋਂ ਚੱਲ ਕੇ ਕੱਚਾ ਗੁਰੂ ਸਰ ਸੀ ਆਏ, ਗੁਰੂ ਜੀ ਪੱਕਾ ਗੁਰੂ ਸਰ ਤੋਂ ਚੱਲ ਕੇ ਕੱਚਾ ਗੁਰੂ ਸਰ ਸੀ ਆਏ। ਫਿਰ ਇਸ ਤੋਂ ਬਾਅਦ ਇਸ ਪਵਿੱਤਰ ਜਗ੍ਹਾ 'ਤੇ ਚਰਨ ਸੀ ਪਾਏ, ਫਿਰ ਇਸ ਤੋਂ ਬਾਅਦ ਇਸ ਜਗ੍ਹਾ 'ਤੇ ਚਰਨ ਸੀ ਪਾਏ। ਆਏ ਸੀ ਕਦੇ ਇੱਥੇ ਸ਼੍ਰੀ ਗੁਰੂ ਤੇਗ ਬਹਾਦਰ, ਆਏ ਸੀ ਕਦੇ ਇੱਥੇ ਸ਼੍ਰੀ ਗੁਰੂ ਤੇਗ ਬਹਾਦਰ। ਕੌਮ ਸਾਰੀ ਜਾਣਦੀ ਹੈ ਉਹਨਾਂ ਨੂੰ ਨਾ ਹਿੰਦ ਦੀ ਚਾਦਰ, ਕੌਮ ਸਾਰੀ ਜਾਣਦੀ ਹੈ ਉਹਨਾਂ ਨੂੰ ਨਾ ਹਿੰਦ ਦੀ ਚਾਦਰ। 1920 ਤੋਂ ਪਹਿਲਾਂ ਇਹ ਥਾਂ ਪਈ ਸੀ ਰੋਹੀ ਬੀਆਬਾਨ, 1920 ਤੋਂ ਪਹਿਲਾਂ ਇਹ ਥਾਂ ਪਈ ਸੀ ਰੋਹੀ ਬੀਆਬਾਨ। ਹੁਣ ਇੰਨੀ ਰੌਣਕ ਹੈ ਇੱਥੇ ਵੱਧ ਗਈ ਸਾਡੀ ਸ਼ਾਨ, ਹੁਣ ਇੰਨੀ ਰੌਣਕ ਹੈ ਇੱਥੇ ਵੱਧ ਗਈ ਸਾਡੀ ਸ਼ਾਨ। ਸੁਣਦੇ ਹਾਂ ਇੱਥੇ ਕਦੇ ਹੁੰਦਾ ਸੀ ਗਿਦੜੀ ਵਾਲਾ ਬੰਨਾ, ਸੁਣਦੇ ਹਾਂ ਇੱਥੇ ਕਦੇ ਹੁੰਦਾ ਸੀ ਗਿਦੜੀ ਵਾਲਾ ਬੰਨਾ, ਹੁਣ ਇਹ ਅਮੀਰ ਇਤਿਹਾਸ ਬਣ ਗਿਆ ਏ ਅੜੀਸਰ ਦਾ ਪੰਨਾ, ਹੁਣ ਇਹ ਅਮੀਰ ਇਤਿਹਾਸ ਬਣ ਗਿਆ ਏ ਅੜੀਸਰ ਦਾ ਪੰਨਾ। ਹੁੰਦਾ ਸੀ ਇੱਥੇ ਕਦੇ ਗਿਦੜੀ ਵਾਲਾ ਟੋਬਾ, ਹੁੰਦਾ ਸੀ ਇੱਥੇ ਕਦੇ ਗਿਦੜੀ ਵਾਲਾ ਟੋਬਾ, ਹੁਣ ਇਸ ਥਾਂ ਦੀ ਹੈ ਜੱਗ 'ਤੇ ਬੜੀ ਹੀ ਸ਼ੋਭਾ, ਹੁਣ ਇਸ ਥਾਂ ਦੀ ਜੱਗ 'ਤੇ ਹੈ ਬੜੀ ਹੀ ਸ਼ੋਭਾ। ਮਹੰਤ ਭਗਤ ਸਿੰਘ ਨੇ ਕਦੇ ਇੱਥੇ ਲਾਇਆ ਸੀ ਡੇਰਾ, ਪਾਲੀ ਭਗਤ ਨੂੰ ਪ੍ਰਸਾਦਾ ਦੇਣ ਬਹਾਨੇ ਪਾਉਂਦੇ ਸੀ ਇੱਥੇ ਫੇਰਾ। ਕਦੇ ਇੱਥੇ ਹੁੰਦੇ ਸੀ ਤੰਬਾਕੂ ਦੇ ਬਾਗ, ਕਦੇ ਇੱਥੇ ਹੁੰਦੇ ਸੀ ਤੰਬਾਕੂ ਦੇ ਬਾਗ, ਹੁਣ ਕੰਨਾਂ ਵਿੱਚ ਗੂੰਜਦੇ ਨੇ ਮਿੱਠੇ ਮਿੱਠੇ ਰਾਗ, ਹੁਣ ਕੰਨਾਂ ਵਿੱਚ ਗੂੰਜਦੇ ਨੇ ਮਿੱਠੇ ਮਿੱਠੇ ਰਾਗ। ਗੁਰੂ ਜੀ ਦੱਸ ਗਏ ਸੀ ਨਸ਼ਾ ਕਿੰਨਾ ਹੈ ਭਿਆਨਕ, ਪਤਾ ਨਹੀਂ ਕਿਹੜੇ ਸਮੇਂ ਜਾਨ ਲੈ ਲੈਂਦਾ ਹੈ ਇਨਸਾਨ ਦੀ ਅਚਾਨਕ, ਪਤਾ ਨਹੀਂ ਕਿਹੜੇ ਸਮੇਂ ਜਾਨ ਲੈ ਲੈਂਦਾ ਹੈ ਇਨਸਾਨ ਦੀ ਅਚਾਨਕ। ਜਥੇਦਾਰ ਹਰਵੰਸ ਸਿੰਘ ਦਿੱਲੀ ਵਾਲਿਆਂ ਨੇ 1997 'ਚ ਸੇਵਾ ਆਰੰਭ ਸੀ ਕਰਾਈ, ਜਥੇਦਾਰ ਹਰਵੰਸ ਸਿੰਘ ਦਿੱਲੀ ਵਾਲਿਆਂ ਨੇ 1997 'ਚ ਸੇਵਾ ਆਰੰਭ ਸੀ ਕਰਵਾਈ। ਬਚਨ ਸਿੰਘ ਅਤੇ ਮਹਿੰਦਰ ਸਿੰਘ ਦੀ ਅਗਵਾਈ 'ਚ
ਭਰਪੂਰ ਹੈ ਚੜ੍ਹਾਈ। ਬਚਨ ਸਿੰਘ ਤੇ ਮਹਿੰਦਰ ਸਿੰਘ ਦੀ ਅਗਵਾਈ 'ਚ ਭਰਪੂਰ ਹੈ ਚੜ੍ਹਾਈ। ਜਥੇਦਾਰ ਬਾਬੂ ਸਿੰਘ ਜੀ ਸੰਭਾਲ ਰਹੇ ਨੇ ਇਹ ਅਨਮੋਲ ਖਜ਼ਾਨਾ। ਜਥੇਦਾਰ ਬਾਬੂ ਸਿੰਘ ਜੀ ਸੰਭਾਲ ਰਹੇ ਨੇ ਇਹ ਅਨਮੋਲ ਖਜ਼ਾਨਾ। ਵਾਹਿਗੁਰੂ ਦੀ ਕਿਰਪਾ ਨਾਲ ਲੋਕਾਂ 'ਚ ਬਣਿਆ ਰਹੇ ਸਦਾ ਜਰਾਨਾ। ਵਾਹਿਗੁਰੂ ਦੀ ਕਿਰਪਾ ਨਾਲ ਸਾਰੀ ਪ੍ਰਬੰਧਕ ਕਮੇਟੀ 'ਚ ਬਣਿਆ ਰਹੇ ਸਦਾ ਜਰਾਨਾ। ਬਹੁਤ ਲੋਕ ਕਰਨ ਆਉਂਦੇ ਨੇ ਇੱਥੇ ਸੇਵਾ, ਬਹੁਤ ਲੋਕ ਕਰਨ ਆਉਂਦੇ ਨੇ ਇੱਥੇ ਸੇਵਾ। ਯਾਦ ਰੱਖੋ ਸੇਵਾ ਬਿਨ ਮਿਲਦਾ ਨਹੀਂ ਮੇਵਾ, ਯਾਦ ਰੱਖੋ ਸੇਵਾ ਬਿਨ ਮਿਲਦਾ ਨਹੀਂ ਮੇਵਾ। ਸੁਬਹ ਸ਼ਾਮ ਇੱਥੇ ਮਿੱਠੇ ਰਾਗ ਨੇ ਗੂੰਜਦੇ, ਸੁਬਹ ਸ਼ਾਮ ਇੱਥੇ ਮਿੱਠੇ ਰਾਗ ਨੇ ਗੂੰਜਦੇ। ਇੰਨੀ ਸ਼ਰਧਾ ਹੈ ਇੱਥੇ ਲੋਕੀ ਜੋੜੇ ਨੇ ਪੂੰਜਦੇ, ਇੰਨੀ ਸ਼ਰਧਾ ਹੈ ਇੱਥੇ ਲੋਕੀ ਜੋੜੇ ਨੇ ਪੂੰਜਦੇ। ਬੜੀ ਸ਼ਰਧਾ ਦਾ ਦੁਆਰ ਹੈ ਸ਼੍ਰੀ ਅੜੀਸਰ, ਬੜੀ ਸ਼ਰਧਾ ਦਾ ਦੁਆਰ ਹੈ ਸ਼੍ਰੀ ਅੜੀਸਰ। ਸ਼੍ਰੀ ਗੁਰੂ ਤੇਗ ਬਹਾਦਰ ਦਾ ਹੈ ਇਹ ਦਰ, ਸ਼੍ਰੀ ਗੁਰੂ ਤੇਗ ਬਹਾਦਰ ਦਾ ਹੈ ਇਹ ਦਰ। ਇੱਥੇ ਵੀ ਲੋਕੀ ਲੰਗਰ ਛਕਦੇ ਨੇ ਵਿੱਚ ਪੰਗਤ, ਇੱਥੇ ਵੀ ਲੋਕੀ ਲੰਗਰ ਛਕਦੇ ਨੇ ਵਿੱਚ ਪੰਗਤ। ਲੋਚਦਾ ਸੁਰੇਸ਼ ਭਾਈਚਾਰਾ ਰਹੇ ਵਿੱਚ ਸੰਗਤ, ਲੋਚਦਾ ਹੰਡਿਆਲ ਵੀ ਭਾਈਚਾਰਾ ਰਹੇ ਵਿੱਚ ਸੰਗਤ। ਸ਼੍ਰੀ ਅੜੀਸਰ ਸਾਹਿਬ 'ਚ ਲੋਕਾਂ ਦੇ ਅੜੇ ਕੰਮ ਹੁੰਦੇ ਨੇ ਪੂਰੇ, ਸ਼੍ਰੀ ਅੜੀਸਰ ਸਾਹਿਬ 'ਚ ਲੋਕਾਂ ਦੇ ਅੜੇ ਕੰਮ ਹੁੰਦੇ ਨੇ ਪੂਰੇ। ਜੇ ਕੋਈ ਸ਼ਰਧਾ ਨਾਲ ਆਵੇ ਕਿਸੇ ਦੇ ਚਾਰ ਰਹਿੰਦੇ ਨਹੀਂ ਹਨ ਅਧੂਰੇ, ਜੇ ਕੋਈ ਸ਼ਰਧਾ ਨਾਲ ਆਵੇ ਕਿਸੇ ਦੇ ਚਾਰ ਰਹਿੰਦੇ ਨਹੀਂ ਹਨ ਅਧੂਰੇ। ਦੂਰੋਂ ਦੂਰੋਂ ਲੋਕੀ ਮਨੋ ਕਾਮਨਾ ਲੈ ਕੇ ਆਉਂਦੇ, ਦੂਰੋਂ ਦੂਰੋਂ ਲੋਕੀ ਮਨੋ ਕਾਮਨਾ ਲੈ ਕੇ ਆਉਂਦੇ। ਸੱਚੀ ਸ਼ਰਧਾ ਨਾਲ ਇੱਥੇ ਸਭ ਕੁਝ ਨੇ ਪਾਉਂਦੇ, ਸੱਚੀ ਸ਼ਰਧਾ ਨਾਲ ਇੱਥੇ ਸਭ ਕੁਝ ਨੇ ਪਾਉਂਦੇ। ਹਰੀ ਦਾ ਬਣ ਗਿਆ ਇਹ ਮੰਦਰ, ਹਰੀ ਦਾ ਬਣ ਗਿਆ ਇਹ ਮੰਦਰ। ਸੀਸ ਝੁਕਾ ਕੇ ਜਾਓ ਇਸ ਦੇ ਅੰਦਰ, ਸੀਸ ਝੁਕਾ ਕੇ ਜਾਓ ਇਸ ਦੇ ਅੰਦਰ। ਇਹ ਸਥਾਨ ਹੈ ਹੁਣ ਧਾਰਮਿਕ ਮੱਕਾ, ਇਹ ਸਥਾਨ ਹੈ ਹੁਣ ਧਾਰਮਿਕ ਮੱਕਾ। ਲੋਕਾਂ ਨੂੰ ਇਸ ਸਥਾਨ ਤੇ ਵਿਸ਼ਵਾਸ ਹੈ ਪੱਕਾ, ਲੋਕਾਂ ਨੂੰ ਇਸ ਸਥਾਨ ਤੇ ਹੁਣ ਵਿਸ਼ਵਾਸ ਹੈ ਪੱਕਾ। ਇੰਨੀ ਹੰਡਿਆਲਵੀ ਨੂੰ ਦਿੱਤੀ ਪਹਿਚਾਣ, ਤੇਰਾ ਸ਼ੁਕਰ ਦਾਤਿਆ। ਇੰਨੀ ਹੰਡਿਆਲਵੀ ਨੂੰ ਦਿੱਤੀ ਪਹਿਚਾਣ, ਤੇਰਾ ਸ਼ੁਕਰ ਦਾਤਿਆ। ਬਸ ਏਦਾਂ ਹੀ ਹੱਸਦੇ ਖੇਡਦੇ ਜ਼ਿੰਦਗੀ ਜਾਵੇ ਗੁਜਰ ਦਾਤਿਆ। ਸੁੱਖ ਪੂਰੀ ਹੋਣ ਤੇ ਲੋਕੀ, ਸੁੱਖ ਪੂਰੀ ਹੋਣ ਤੇ ਲੋਕੀ ਸਹਿਜ ਪਾਠ ਅਤੇ ਅਖੰਡ ਪਾਠ ਨੇ ਕਰਾਉਂਦੇ, ਸੁੱਖ ਪੂਰੀ ਹੋਣ ਤੇ ਲੋਕੀ ਸਹਿਜ ਪਾਠ ਅਤੇ ਅਖੰਡ ਪਾਠ ਨੇ ਕਰਾਉਂਦੇ। ਸਿਮਰਨ ਕਰਕੇ ਵਾਹਿਗੁਰੂ ਦਾ ਨਾਮ ਨੇ ਧਿਆਉਂਦੇ, ਸਿਮਰਨ ਕਰਕੇ ਵਾਹਿਗੁਰੂ ਦਾ ਨਾਮ ਨੇ ਧਿਆਉਂਦੇ। ਕਿਤੇ ਵੀ ਜਾਓ ਕੰਮ ਰਾਸ ਆਉਂਦਾ ਹੈ ਨਾਲ ਵਿਸ਼ਵਾਸ, ਕਿਤੇ ਵੀ ਜਾਓ ਕੰਮ ਰਾਸ ਆਉਂਦਾ ਹੈ ਨਾਲ ਵਿਸ਼ਵਾਸ। ਸ਼੍ਰੀ ਅੜੀਸਰ ਸਾਹਿਬ ਨਾਲ ਹੰਡਿਆਇਆ ਬਣ ਗਿਆ ਬੜਾ ਹੀ ਖਾਸ, ਸ਼੍ਰੀ ਅੜੀਸਰ ਸਾਹਿਬ ਨਾਲ ਹੰਡਿਆਇਆ ਬਣ ਗਿਆ ਬੜਾ ਹੀ ਖਾਸ। ਹੰਡਿਆਲਵੀ ਵੀ ਅਕਸਰ ਇਸ ਜਗ੍ਹਾ ਤੇ ਹੈ ਆਉਂਦਾ, ਹੰਡਿਆਲਵੀ ਵੀ ਅਕਸਰ ਇਸ ਜਗ੍ਹਾ ਤੇ ਹੈ ਆਉਂਦਾ। ਖਾਮੋਸ਼ ਜਾ ਹੋ ਕੇ ਬਸ ਰੱਬ ਨੂੰ ਇਹੀ ਵਾਸਤਾ ਹੈ ਪਾਉਂਦਾ, ਖਾਮੋਸ਼ ਜਾ ਹੋ ਕੇ
ਬਸ ਰੱਬ ਨੂੰ ਇਹੀ ਵਾਸਤਾ ਹੈ ਪਾਉਂਦਾ, ਪੈ ਜਾਵੇ ਸਾਰਿਆਂ ਚ ਇਨਸਾਨੀਅਤ ਦਾ ਵਾਸ, ਪੈ ਜਾਵੇ ਸਾਰਿਆਂ ਚ ਇਨਸਾਨੀਅਤ ਦਾ ਵਾਸ। ਕਾਸ਼ ਸਾਰਿਆਂ ਨੂੰ ਇਹ ਜਿੰਦ ਆ ਜਾਵੇ ਰਾਸ, ਨਫ਼ਰਤ ਤੇ ਈਰਖਾ ਦਾ ਲੋਕਾਂ ਦੇ ਮਨਾਂ ਚ ਹੋ ਜਾਵੇ ਨਾਸ਼, ਨਫ਼ਰਤ ਅਤੇ ਈਰਖਾ ਦਾ ਲੋਕਾਂ ਦੇ ਮਨਾਂ ਚੋਂ ਹੋ ਜਾਵੇ ਨਾਸ਼। ਇਸ ਸਥਾਨ ਤੇ ਜੋ ਵੀ ਸ਼ਰਧਾ ਨਾਲ ਆਵੇਗਾ ਕਾਰਜ ਹੋਣਗੇ ਪੂਰੇ, ਇਸ ਸਥਾਨ ਤੇ ਜੋ ਵੀ ਸ਼ਰਧਾ ਨਾਲ ਆਵੇਗਾ ਕਾਰਜ ਹੋਣਗੇ ਪੂਰੇ। ਗੁਰੂ ਜੀ ਦੇ ਬਚਨਾਂ ਅਨੁਸਾਰ ਕਿਸੇ ਦੇ ਕੰਮ ਨਹੀਂ ਰਹਿਣਗੇ ਅਧੂਰੇ, ਗੁਰੂ ਜੀ ਦੇ ਬਚਨਾਂ ਅਨੁਸਾਰ ਕਿਸੇ ਦੇ ਕੰਮ ਨਹੀਂ ਰਹਿਣਗੇ ਅਧੂਰੇ। ਲੋਕੀ ਇੱਥੇ ਆਉਂਦੇ ਨੇ ਮੰਗਣ ਮੰਨਤ, ਲੋਕੀ ਇੱਥੇ ਆਉਂਦੇ ਨੇ ਮੰਗਣ ਮੰਨਤ, ਇਸ ਥਾਂ ਤੇ ਲੱਭਦੇ ਨੇ ਹਰ ਜੰਨਤ, ਇਸ ਥਾਂ ਤੇ ਲੱਭਦੇ ਨੇ ਹਰ ਜੰਨਤ। ਵਾਹਿਗੁਰੂ ਜੀ ਕਰਦੇ ਹਾਂ ਸਦਾ ਸ਼ੁਕਰਾਨਾ ਤੇਰਾ, ਵਾਹਿਗੁਰੂ ਜੀ ਕਰਦੇ ਹਾਂ ਸਦਾ ਸ਼ੁਕਰਾਨਾ ਤੇਰਾ। ਪਾ ਦਿਓ ਝੋਲੀ ਖੈਰ, ਦੁੱਖ ਸਹਿਣ ਦਾ ਨਹੀਂ ਹੈ ਹੁਣ ਜੇਰਾ। ਇੰਨੀ ਸ਼ਰਧਾ ਹੈ ਇੱਥੇ, ਲੋਕੀ ਆਉਂਦੇ ਨੇ ਵਾਰ ਵਾਰ, ਇੰਨੀ ਸ਼ਰਧਾ ਹੈ ਇੱਥੇ, ਲੋਕੀ ਆਉਂਦੇ ਨੇ ਵਾਰ ਵਾਰ। ਲੋਚਦਾ ਸੁਰੇਸ਼ ਭਾਈਚਾਰਾ ਬਣ ਜਾਵੇ ਲੋਕਾਂ ਚ, ਮਿਟ ਜਾਵੇ ਖਾਰ। ਇੱਥੇ ਵੀ ਲੋਕੀ ਮੱਥਾ ਟੇਕਦੇ ਨੇ ਵਿੱਚ ਕਤਾਰ, ਇੱਥੇ ਵੀ ਲੋਕੀ ਮੱਥਾ ਟੇਕਦੇ ਨੇ ਵਿੱਚ ਕਤਾਰ, ਬਣਿਆ ਰਹੇ ਲੋਕਾਂ ਚ ਸਦਾ ਹੀ ਪਿਆਰ। ਦਸਵਾਂ ਦਸੌਂਦ ਕੱਢਣ ਲਈ ਲੋਕੀ ਦੇਗ ਨੇ ਕਰਾਉਂਦੇ, ਦਸਵਾਂ ਦਸੌਂਦ ਕੱਢਣ ਲਈ ਲੋਕੀ ਦੇਗ ਨੇ ਕਰਾਉਂਦੇ, ਸੁੱਖ ਪੂਰੀ ਹੋਣ ਤੇ ਸੁੰਦਰ ਰਮਾਲੇ ਨੇ ਚੜਾਉਂਦੇ, ਸੁੱਖ ਪੂਰੀ ਹੋਣ ਤੇ ਸੁੰਦਰ ਰਮਾਲੇ ਨੇ ਚੜਾਉਂਦੇ। ਪੀਰ ਪੈਗੰਬਰ ਯੋਧੇ ਤੇ ਸ਼ਹੀਦਾਂ ਦੀ ਧਰਤੀ ਹੈ ਪੰਜਾਬ, ਪੀਰ ਪੈਗੰਬਰ ਯੋਧੇ ਤੇ ਸ਼ਹੀਦਾਂ ਦੀ ਧਰਤੀ ਹੈ ਪੰਜਾਬ। ਪਤਾ ਨਹੀਂ ਕਿਹਦੀ ਲੱਗ ਗਈ ਨਜ਼ਰ, ਪਤਾ ਨਹੀਂ ਕਿਹਦੀ ਲੱਗ ਗਈ ਨਜ਼ਰ, ਗੰਦਲਾ ਹੋ ਰਿਹਾ ਹੈ ਆਪ। ਹਰ ਰੋਜ਼ ਸਜਦੀ ਹੈ ਇੱਥੇ ਨਵੀਂ ਦੁਕਾਨ, ਹਰ ਰੋਜ਼ ਸਜਦੀ ਹੈ ਇੱਥੇ ਨਵੀਂ ਦੁਕਾਨ। ਹਰ ਦੁਕਾਨ ਤੋਂ ਮਿਲਦਾ ਤਾਜ਼ਾ ਪਕਵਾਨ ਤੇ ਸਮਾਨ, ਹਰ ਦੁਕਾਨ ਤੋਂ ਮਿਲਦਾ ਤਾਜ਼ਾ ਪਕਵਾਨ ਤੇ ਸਮਾਨ। ਗੁਰੂ ਜੀ ਦੀ ਮਿਹਰ ਸਦਕਾ ਮਿਲਿਆ ਲੋਕਾਂ ਨੂੰ ਰੁਜ਼ਗਾਰ, ਗੁਰੂ ਜੀ ਦੀ ਮਿਹਰ ਸਦਕਾ ਮਿਲਿਆ ਲੋਕਾਂ ਨੂੰ ਰੁਜ਼ਗਾਰ। ਲੋਚਦਾ ਸੁਰੇਸ਼ ਕੋਈ ਵੀ ਰਹੇ ਨਾ ਇੱਥੇ ਬੇਰੁਜ਼ਗਾਰ, ਲੋਚਦਾ ਹੰਡਿਆਲਵੀ ਕੋਈ ਵੀ ਰਹੇ ਨਾ ਇੱਥੇ ਬੇਰੁਜ਼ਗਾਰ। ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਨੇ ਦਿੱਤਾ ਸੀ ਬਲੀਦਾਨ, ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਨੇ ਦਿੱਤਾ ਸੀ ਬਲੀਦਾਨ। ਸ਼੍ਰੀ ਅੜੀਸਰ ਸਾਹਿਬ ਨਾਲ ਬਣ ਗਈ ਸਾਡੀ ਸ਼ਾਨ, ਸ਼੍ਰੀ ਅੜੀਸਰ ਸਾਹਿਬ ਨਾਲ ਬਣ ਗਈ ਸਾਡੀ ਸ਼ਾਨ। ਹੰਡਿਆਏ ਕੋਠੇ ਚੂੰਚ ਹੈ ਇਹ ਥਾਂ ਜਿਸ ਤੇ ਹੈ ਸਾਨੂੰ ਮਾਨ, ਹੰਡਿਆਏ ਕੋਠੇ ਚੂੰਚ ਹੈ ਇਹ ਥਾਂ ਜਿਸ ਤੇ ਹੈ ਸਾਨੂੰ ਮਾਨ। ਹੇ ਹਿੰਦ ਦੀ ਚਾਦਰ ਚਰਨਾਂ ਚ ਰੱਖ ਲਓ ਗਰੀਬਾਂ ਨੂੰ, ਹੇ ਹਿੰਦ ਦੀ ਚਾਦਰ ਚਰਨਾਂ ਚ ਰੱਖ ਲਓ ਗਰੀਬਾਂ ਨੂੰ, ਬੜੇ ਪਿਆਸੇ ਨੇ ਇਹ ਸਾਰੇ ਭਗਤ ਤੇਰੇ ਦੀਦਾਂ ਨੂੰ, ਬੜੇ ਪਿਆਸੇ ਨੇ ਇਹ ਸਾਰੇ ਭਗਤ ਤੇਰੇ ਦੀਦਾਂ ਨੂੰ। ਪ੍ਰਭਾਤ ਵੇਲੇ ਹੀ ਲੋਕੀ ਇੱਥੇ ਪੈਂਦੇ ਨੇ ਜਾਗ, ਪ੍ਰਭਾਤ ਵੇਲੇ ਹੀ ਲੋਕੀ ਇੱਥੇ ਪੈਂਦੇ ਨੇ ਜਾਗ, ਬੜਾ ਸਕੂਨ ਲੱਭਦੇ ਨੇ ਸੁਣ ਕੇ ਮਿੱਠੇ ਮਿੱਠੇ ਰਾਗ।
ਬੜਾ ਸਕੂਨ ਲੱਭਦੇ ਨੇ ਸੁਣ ਕੇ। ਮਿੱਠੇ ਮਿੱਠੇ ਰਾਗ ਚੰਗੇ ਕਰਮਾਂ ਨਾਲ ਇਹਨਾਂ ਦੇ ਬਦਲ ਜਾਣ ਸਦਾ ਨਸੀਬ। ਚੰਗੇ ਕਰਮਾਂ ਨਾਲ ਇਹਨਾਂ ਦੇ ਬਦਲ ਜਾਣ ਸਦਾ ਨਸੀਬ। ਬਸ ਇਸ ਦੁਨੀਆਂ ਤੇ ਇੱਕ ਦੂਜੇ ਦਾ ਨਾ ਰਹੇ ਕੋਈ ਰਕੀਬ। ਰੂਹ ਦਾ ਹੋ ਗਿਆ ਮੇਲ ਉਸ ਵਾਹਿਗੁਰੂ ਨਾਲ, ਉਂਝ ਹੰਡਿਆਲਵੀ ਤੇਰੀ ਕੀ ਸੀ ਔਕਾਤ। ਰੂਹ ਦਾ ਹੋ ਗਿਆ ਮੇਲ ਉਸ ਵਾਹਿਗੁਰੂ ਨਾਲ, ਉਂਝ ਹੰਡਿਆਲਵੀ ਤੇਰੀ ਕੀ ਸੀ ਔਕਾਤ। ਮਿਲਦਾ ਰਹੇ ਸਦਾ ਉਸ ਖੁਦਾ ਦਾ ਸਾਥ, ਮੇਰੇ ਲਈ ਸਭ ਤੋਂ ਵੱਡੀ ਇਹੀ ਹੈ ਸੁਗਾਤ। ਇੰਨੀ ਸ਼ਰਧਾ ਹੈ ਲੋਕਾਂ ਨੂੰ ਇੱਥੇ, ਮੰਨਤ ਮੰਗ ਕੇ ਤਰੱਕੀ ਦੇ ਝੰਡੇ ਦਿੰਦੇ ਨੇ ਗੱਡ। ਇੰਨੀ ਸ਼ਰਧਾ ਹੈ ਲੋਕਾਂ ਨੂੰ ਇੱਥੇ, ਮੰਨਤ ਮੰਗ ਕੇ ਤਰੱਕੀ ਦੇ ਝੰਡੇ ਦਿੰਦੇ ਨੇ ਗੱਡ। ਲੋਚ ਦਾ ਸੁਰੇਸ਼ ਲੋਕੀ ਆਪਣੇ ਦਿਲਾਂ ਚੋਂ, ਗਿਲੇ ਸਿਕਵੇ ਦੇਣ ਸਦਾ ਛੱਡ। ਗੁਰੂ ਜੀ ਇੱਕ ਗੱਲ ਕਹਿ ਕੇ ਪੈ ਗਏ ਸੀ ਆਪਣੇ ਰਾਹ। ਗੁਰੂ ਜੀ ਇੱਕ ਗੱਲ ਕਹਿ ਕੇ ਪੈ ਗਏ ਸੀ ਆਪਣੇ ਰਾਹ। ਜੋ ਵੀ ਭਗਤ ਸੱਚੀ ਸ਼ਰਧਾ ਲੈ ਕੇ ਆਵੇਗਾ ਪਾਵੇਗਾ ਸੁੱਖਾਂ ਦੀ ਪਨਾਹ। ਜੋ ਵੀ ਭਗਤ ਸੱਚੀ ਸ਼ਰਧਾ ਲੈ ਕੇ ਆਵੇਗਾ ਪਾਵੇਗਾ ਸੁੱਖਾਂ ਦੀ ਪਨਾਹ। ਇਹ ਕਹਿ ਕੇ ਸੋਹੀਵਾਲ ਪਿੰਡ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਹੋ ਗਏ ਸੀ ਰਵਾਨਾ। ਇਹ ਕਹਿ ਕੇ ਸੋਹੀਵਾਲ ਪਿੰਡ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਹੋ ਗਏ ਸੀ ਰਵਾਨਾ। ਜਿਸ ਨੂੰ ਅੱਜ ਜਾਣਿਆ ਜਾਂਦਾ ਹੈ ਗੁਰਦੁਆਰਾ ਸੋਹੀਆਣਾ, ਜਿਸ ਨੂੰ ਅੱਜ ਜਾਣਿਆ ਜਾਂਦਾ ਹੈ ਗੁਰਦੁਆਰਾ ਸੋਹੀਆਣਾ। ਇਸ ਜੱਗ ਤੇ ਕੋਈ ਨਹੀਂ ਹੁੰਦਾ ਹੈ ਪਰਪੱਕ, ਮਾਫ ਕਰਨਾ ਜੇ ਕਮੀ ਰਹਿ ਗਈ ਪਰ ਲਿਖਿਆ ਹੈ ਸੱਚ। ਮਾਫ ਕਰਨਾ ਜੇ ਕਮੀ ਰਹਿ ਗਈ ਪਰ ਲਿਖਿਆ ਹੈ ਸੱਚ। ਇਸ ਵੀਡੀਓ ਨੂੰ ਕਰ ਦਿਓ ਸ਼ੇਅਰ, ਸਾਡਾ ਵਿਰਸਾ ਕਿੰਨਾ ਹੈ ਮਹਾਨ। ਸ਼੍ਰੀ ਅੜੀਸਰ ਸਾਹਿਬ ਦੀ ਇਸ ਜਗ੍ਹਾ ਨੂੰ ਜਾਣਦਾ ਕੁੱਲ ਜਹਾਨ, ਸ਼੍ਰੀ ਅੜੀਸਰ ਸਾਹਿਬ ਨਾਲ ਵੱਧ ਗਈ ਸਾਡੀ ਜੱਗ ਤੇ ਸ਼ਾਨ। ਸ਼੍ਰੀ ਅੜੀਸਰ ਸਾਹਿਬ ਨਾਲ ਵੱਧ ਗਈ ਸਾਡੀ ਜੱਗ ਤੇ ਸ਼ਾਨ।